ਰੋਜ਼ਾਨਾ ਡਰੋਨ ਭੇਜੇ ਜਾ ਰਹੇ ਹਨ ਤੇ ਨਸ਼ੀਲੇ ਪਦਾਰਥਾਂ ਵੱਡੀ ਪੱਧਰ ਦੀਆਂ ਖੇਪਾਂ ਭੇਜੀਆਂ ਜਾ ਰਹੀਆਂ ਹਨ। ਪਰ ਸਾਡੀ ਪੰਜਾਬ ਪੁਲਿਸ ਅਤੇ BSF ਪੂਰੀ ਤਰ੍ਹਾਂ ਚੌਕਸ ਹੋਣ ਕਾਰਨ ਇਸ ਸਾਲ ਦੇ ਵਿੱਚ ਦੱਸਿਆ ਜਾ ਰਿਹਾ ਭਿੱਖੀ ਪਿੰਡ ਸਬ ਡਿਵੀਜ਼ਨ ਵਿੱਚ ਕਿੰਨੇ ਕੁਇੰਟਲ ਨਸ਼ੀਲੇ ਪਦਾਰਥ ਫੜੇ ਗਏ, ਕਿੰਨੇ ਹੀ ਡਰੋਨ ਫੜੇ ਗਏ, ਜੋ ਕਿ ਸਾਰਾ ਕੰਮ ਲੋਕਾਂ ਦੇ ਸਹਿਯੋਗ ਨਾਲ ਹੋ ਰਿਹਾ ਹੈ ਅਤੇ ਲੋਕਾਂ ਦੇ ਇਨਾਮ ਵੀ ਦਿੱਤੇ ਜਾ ਰਹੇ ਹਨ। ਕਈ ਵੱਡੇ ਸਮਰਾਂ ਦੀ ਪ੍ਰਾਪਰਟੀਆਂ ਸੀਜ਼ ਕੀਤੀਆਂ ਗਈਆਂ ਹਨ, ਕਈਆਂ ਨੂੰ ਜੇਲ੍ਹਾਂ ਵਿੱਚ ਵੀ ਬੰਦ ਕੀਤਾ ਗਿਆ ਹੈ। ਬੀਤੇ ਦਿਨ ਫਿਰ ਡਰੋਨ ਭੇਜਿਆ ਗਿਆ ਜੋ ਕਿ ਪੰਜਾਬ ਪੁਲਿਸ ਦੇ BSF ਨੇ ਲੋਕਾਂ ਦੀ ਮਦਦ ਨਾਲ ਬਰਾਮਦ ਕਰ ਲਿਆ ਅਤੇ ਸਰਚ ਅਭਿਆਨ ਜਾਰੀ ਹੈ। ਆਓ ਤੁਹਾਨੂੰ ਸੁਣਾਉਂਦੇ ਹਾਂ ਇਸ ਸੰਬੰਧੀ ਭਿੱਖੀ ਪਿੰਡ ਇਲਾਕੇ ਦੇ DSP ਇਸ ਸੰਬੰਧੀ ਕੀ ਜਾਣਕਾਰੀ ਦੇ ਰਹੇ ਹਨ। ਹਰ ਵਾਰ ਕੋਸ਼ਿਸ਼ ਕਰਦਾ ਹੁੰਦਾ ਕਿ ਜਿਹੜੀ ਡਰੋਨ ਐਕਟੀਵਿਟੀ ਰਾਹੀਂ ਜਿਹੜਾ ਸਾਡਾ ਪੰਜਾਬ ਪ੍ਰਾਂਤ ਹੈ ਇਹਦੇ ਵਿੱਚ ਹੀਰੋਇਨ ਭੇਜ ਸਕੇ, ਪਰੰਤੂ BSF ਅਤੇ ਪੰਜਾਬ ਪੁਲਿਸ ਬਾਰਡਰ 'ਤੇ ਪੂਰੀ ਤਰ੍ਹਾਂ ਚੁਕੰਨੀ ਅਤੇ ਦਰੁਸਤ ਆ। ਭਾਵੇਂ ਕਿ ਧੁੰਦ ਪੈਂਦੀ ਆ, ਤੁਸੀਂ ਵੇਖਿਆ ਹੋਵੇਗਾ ਕਿ ਬਾਹਰ ਹੱਥ ਨੂੰ ਹੱਥ ਦਿਖਾਈ ਨਹੀਂ ਦਿੰਦਾ, ਪਰੰਤੂ BSF ਅਤੇ ਪੰਜਾਬ ਪੁਲਿਸ ਨੇ ਸਰਚ ਓਪਰੇਸ਼ਨ ਦੌਰਾਨ ਜਿਹੜਾ ਕੱਲ੍ਹ ਇੱਕ ਡਰੋਨ ਐਕਟੀਵਿਟੀ ਧਰਮਾ ਏਰੀਏ ਦੇ ਵਿੱਚ ਹੋਈ ਸੀ ਉਹ ਡਰੋਨ ਰਿਕਵਰ ਕਰ ਲਿਆ। ਅਤੇ ਇਸ ਮੌਸਮ ਦੇ ਵਿੱਚ ਵੀ ਜਿਹੜੀ ਆ ਸਰਚ ਜਿਹੜੀ ਹੈਰੋਨ ਦੀ ਰਿਕਵਰੀ ਵਾਸਤੇ ਹਜੇ ਵੀ ਚੱਲ ਰਹੀ ਆ। ਸੋ ਮੈਂ ਦੱਸਣਾ ਚਾਹਾਂਗਾ ਕਿ ਇਸ ਸਾਲ ਦੇ ਵਿੱਚ ਇਕੱਲੇ ਭਿੱਖੀ ਪਿੰਡ ਸਬ ਡਿਵੀਜ਼ਨ ਦੇ ਵਿੱਚ ਕੁਇੰਟਲ ਤੋਂ ਵੱਧ ਜਿਹੜੀ ਹੈਰੋਨ ਰਿਕਵਰ ਹੋ ਚੁੱਕੀ ਆ, 35 ਤੋਂ 40 ਦੇ ਕਰੀਬ ਜਿਹੜੇ ਡਰੋਨ ਜਿਹੜੇ ਆ ਰਿਕਵਰ ਹੋ ਚੁੱਕੇ ਆ। ਇਹ ਇੱਕ ਨਤੀਜਾ ਆ ਵੀ ਪੰਜਾਬ ਪੁਲਿਸ ਅਤੇ BSF ਬਾਰਡਰ 'ਤੇ ਪੂਰੀ ਤਰ੍ਹਾਂ ਸਤਰਕ ਅਤੇ ਚੁਕੰਨੀ ਹੈ ਅਤੇ ਸਾਨੂੰ ਲੋਕਾਂ ਦਾ ਵੀ ਸਹਿਯੋਗ ਮਿਲ ਰਿਹਾ। ਜਿੱਥੇ ਮੈਂ ਦੱਸਣਾ ਚਾਹਾਂਗਾ ਕਿ ਜਿਹੜੇ ਵਿਅਕਤੀ ਵੀ ਸਾਨੂੰ ਇਨਫੋਰਮੇਸ਼ਨ ਦਿੰਦੇ ਆ ਉਹਨਾਂ ਨੂੰ ਅਸੀਂ ਵਾਜਬ ਇਨਾਮ ਵੀ ਦਿੰਦੇ ਹਾਂ। ਇਸ ਐਕਟੀਵਿਟੀ 'ਚ ਵੀ ਜਿਹੜੀ ਸਾਨੂੰ ਇਨਫੋਰਮੇਸ਼ਨ ਮਿਲੀ ਆ ਉਹਨਾਂ ਨੂੰ ਵੀ ਵਾਜਬ ਇਨਾਮ ਦਿੱਤਾ ਜਾਵੇਗਾ। ਅਤੇ ਮੈਂ ਸਮੱਗਲਰਾਂ ਨੂੰ ਤਾੜਨਾ ਕਰਨੇ ਚਾਹੁੰਦਾ, ਜਿੱਥੇ ਅਸੀਂ ਉਹਨਾਂ ਨੂੰ ਜੇਲ੍ਹਾਂ 'ਚ ਭੇਜਿਆ ਉੱਥੇ ਇਹਨਾਂ ਦੀਆਂ ਇਸ ਗੈਰ ਗਤੀਵਿਧੀਆਂ ਰਾਹੀਂ ਇਕੱਠੀ ਕੀਤੀ ਗਈ ਦੌਲਤ ਨੂੰ ਵੀ 68F ਦੇ ਰਾਹੀਂ ਫਰੀਜ਼ 'ਤੇ ਸੀਜ਼ ਕਰਵਾ ਰਹੇ। ਸੋ ਅੱਜ ਜਿਹੜੀ ਬੜੀ ਵੱਡੀ ਕਾਮਯਾਬੀ ਹਾਸਲ ਹੋਈ ਹੈ, ਜਿਹੜਾ ਕੱਲ੍ਹ ਇੱਕ FIR ਦਰਜ ਹੋਈ ਸੀ ਡਰੋਨ ਐਕਟੀਵਿਟੀ ਅਤੇ ਉਹਦੇ 'ਚ ਜਿਹੜਾ ਡਰੋਨ ਆ DJ ਮੈਟ੍ਰਿਕਸ ਮੇਡ ਇਨ ਚਾਈਨਾ ਉਹ ਅਸੀਂ ਰਿਕਵਰ ਕਰ ਲਿਆ ਅਤੇ ਇਹਦੀ ਅਗਲੀ ਅਨਾਲਿਸਿਸ ਅਤੇ ਅਗਲੀ ਜਿਹੜੀ ਤਫਤੀਸ਼ ਹੋ ਜਾਵੇ। ਮੈਂ ਜਗਬਾਣੀ TV ਲਈ ਹਰੀਸ਼ ਬਟਲਾ।